ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਮਾਂ ਖੇਡ ਕਬੱਡੀ ਵਿੱਚ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਦੋਸਤੋ, ਕਰੋ ਨੋਟ, ਅੱਜ ਦੇ ਕਬੱਡੀ ਕੱਪ 20 ਦਸੰਬਰ 2022 ਦੇ ਕਿੱਥੇ ਕਿੱਥੇ ਹੋਣਗੇ। ਦੋਸਤੋ, ਪਿੰਡ ਢੇਰ ਫਤਿਹਾਬਾਦ, ਜਿੱਥੇ ਅੱਜ ਲਾਸਟ ਦਿਨ ਹੈ 20 ਤਰੀਕ ਨੂੰ, ਜਿੱਥੇ ਓਪਨ ਕਬੱਡੀ ਦੇ ਮੈਚ ਹੋਣਗੇ। ਸੱਦੀਆਂ ਹੋਈਆਂ 16 ਟੀਮਾਂ ਦੇ, ਜਿੱਥੇ ਪਹਿਲਾ ਨਾਮ ਦੋਸਤੋ 1 ਲੱਖ ਰੁਪਇਆ ਹੋਵੇਗਾ, ਦੂਜਾ ਨਾਮ 75,000 ਰੁਪਇਆ ਹੋਵੇਗਾ। ਜਿੱਥੇ ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ। ਦੋਸਤੋ, ਅਗਲਾ ਕਬੱਡੀ ਕੱਪ ਪਿੰਡ ਖੈਰਾਬਾਦ, ਇੱਥੇ 20 ਤਰੀਕ ਨੂੰ ਅੱਜ ਲਾਸਟ ਕਬੱਡੀ ਕੱਪ ਹੋਣਾ, ਲਾਸਟ ਦਿਨ ਵਿੱਚ। ਜੇ ਪਹਿਲਾ ਨਾਮ 61,000 ਰੁਪਇਆ ਹੈ, ਦੂਜਾ ਨਾਮ 41,000 ਰੁਪਇਆ ਹੈ। ਦੋਸਤੋ, ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤਾਂ ਜੋ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਅਗਲਾ ਕਬੱਡੀ ਕੱਪ ਪਿੰਡ ਰਾਮ ਨਿਵਾਸ ਜ਼ਿਲ੍ਹਾ ਬਠਿੰਡਾ ਵਿੱਚ ਹੋਵੇਗਾ। ਇਹਦੇ ਕਬੱਡੀ 40 ਕਿਲੋ ਦੀ ਅਤੇ ਕਬੱਡੀ 30 ਕਿਲੋ ਦੇ ਮੈਚ ਹੋਣਗੇ। 40 ਕਿਲੋ ਦਾ 2,500 ਅਤੇ 1,800 ਐਂਟੀ 100 ਰੁਪਏ ਬਾਹਰ ਦੇ ਇੱਕ ਪਲੇਅਰ, ਕਬੱਡੀ 30 ਕਿਲੋ ਵਿੱਚ 1,500 ਅਤੇ 1,000 ਰੁਪਇਆ ਐਂਟੀ, 50 ਰੁਪਏ ਬਾਹਰ ਦਾ ਇੱਕ ਪਲੇਅਰ, ਬੈਸਟ ਨੂੰ ਸਰਪ੍ਰਾਈਜ਼ ਦਿੱਤੀ ਜਾਵੇਗਾ। ਅਗਲਾ ਕਬੱਡੀ ਕੱਪ ਦੋਸਤੋ ਪਿੰਡ ਫੈਰੋਚੇਚੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਵੇਗਾ, ਜਿੱਥੇ 20 ਦਸੰਬਰ 2022 ਨੂੰ 50 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਦੋਸਤੋ, ਪਿੰਡ ਦੀ ਟੀਮ ਵਿੱਚ ਇੱਕ ਖਿਡਾਰੀ ਬਾਹਰੋਂ ਖੇਡ ਸਕਦਾ ਹੈ, ਅਤੇ ਇਸ ਨੂੰ ਤੁਸੀਂ ਕਬੱਡੀ 365 'ਤੇ ਲਾਈਵ ਦੇਖ ਸਕਦੇ ਹੋ।